ਸਤਿ ਸ਼੍ਰੀ ਅਕਾਲ ਜੀ, ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੀਅਰ ਕਲੋਥ ਹਾਊਸ ਪਟਿਆਲਾ ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਦੋ ਤਿੰਨ ਦਿਨ ਤੋਂ ਵੀਡੀਓ ਨਹੀਂ ਆ ਰਹੀ ਸੀਗੀ ਤੇ ਬਹੁਤ ਸਾਰੇ ਮੈਸੇਜ ਆਏ ਹੈ ਨਾ, ਬਹੁਤ ਸਾਰੇ ਮਤਲਬ ਭੈਣਾਂ ਵਰੀਡ ਸੀਗੀਆਂ ਵੀ ਕੀ ਹੋ ਗਿਆ, ਤੇ ਤੁਹਾਨੂੰ ਸਭ ਨੂੰ ਪਤਾ ਹੀ ਸੀਗਾ, ਮੈਂ ਦੱਸ ਹੀ ਦਿੱਤਾ ਸੀਗਾ ਵੀ ਪਾਣੀ ਆ ਗਿਆ ਸੀਗਾ ਸਾਡੇ ਘਰਾਂ 'ਚ ਤੇ, ਬਟ ਹੁਣ ਸਭ ਕੁਛ ਠੀਕ ਹੈ ਤੇ ਆਪਾਂ ਦੁਬਾਰਾ ਗੱਡੀ ਨੂੰ ਟਰੈਕ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੇ ਅੱਜ ਤੁਹਾਡੇ ਸਾਰਿਆਂ ਦੇ ਪਾਰਸਲ ਵੀ ਬਣ ਗਏ ਹੋਏ ਆ, ਪੈਕ ਹੋ ਕੇ ਲਫਾਫਾ ਬਣਿਆ ਪਿਆ ਦੇਖੋ, ਤੇ ਕੱਲ੍ਹ ਨਿਕਲ ਜੂਗਾ ਇਹ, ਠੀਕ ਹੈ, ਤੇ ਕੱਲ੍ਹ ਸਾਰਿਆਂ ਦੇ ਪਾਰਸਲ ਨਿਕਲ ਜਾਣਗੇ, ਠੀਕ ਹੈ। ਤੇ ਹੁਣ ਆਪਾਂ ਨਾਲ ਦੀ ਨਾਲ ਹੀ ਗਿਉਂ ਟਰੈਕ 'ਤੇ ਚੱਲਾਂਗੇ। ਤੇ ਲਓ ਜੀ, ਕਰਦੇ ਸ਼ੁਰੂ। ਅੱਜ ਤੁਹਾਨੂੰ ਬੈਰੀ ਸਿਲਕ ਦੇ ਸੂਟਾਂ ਦੀ ਬਹੁਤ ਡਿਮਾਂਡ ਆ ਰਹੀ ਸੀਗੀ, ਕਈ ਸਾਰੇ ਮੈਸੇਜ ਦੇ ਫੋਨ ਆਏ ਸੀਗੇ ਵੀ ਬੈਰੀ ਸਿਲਕ ਦੇ ਸੂਟ ਦਿਖਾਇਆ ਬਹੁਤ ਦੇਰ ਹੋ ਗਈ, ਦੁਬਾਰਾ ਲੈ ਕੇ ਆਓ। ਤੇ ਅੱਜ ਤੁਹਾਨੂੰ ਦਿੰਦੇ ਆਪਾਂ ਬੈਰੀ ਸਿਲਕ। ਜਿਹਨਾਂ ਕੋਲ ਗਿਆ, ਮੇਰੀ ਰਿਕੁਐਸਟ ਹੈ ਵੀ ਜੇ ਹੋ ਸਕੇ ਤਾਂ ਕਮੈਂਟ ਕਰਕੇ ਦੱਸ ਦਿਆ ਕਰੋ। ਪਤਾ ਨਹੀਂ ਭੈਣਾਂ ਨਾ ਸਾਨੂੰ ਪਰਸਨਲ 'ਚ ਕਮੈਂਟ ਕਰ ਕਰਕੇ ਦੱਸੀ ਜਾਂਦੀਆਂ, ਫੋਨ ਕਰਕੇ ਦੱਸੀ ਜਾਂਦੀਆਂ। ਬਹੁਤ ਪਿਆਰਾ ਫੈਬਰਿਕ ਹੈ, ਬਹੁਤ ਪਿਆਰਾ, ਪਿਓਰ ਬੈਰੀ ਸਿਲਕ ਹੋਊਗੀ, 100% ਪਿਓਰ। ਇਹ ਨਹੀਂ ਕਿ ਅਸੀਂ ਕਹਿੰਦੇ ਹਾਂ, ਕੰਪਨੀ ਮਾਰਕਾ ਦਿੰਦੀ ਹੈ। ਲਓ ਜੀ, ਆਹ ਦੇਖੋ, 100% ਪਿਓਰ ਸਿਲਕ ਬੈਰੀ, ਠੀਕ ਹੈ। ਅਤੇ ਰਨਿੰਗ ਦੇ ਵਿੱਚ ਸੂਟ ਹੋਊਗਾ, ਬਹੁਤ ਪਿਆਰਾ ਮਸਟਰਡ ਕਲਰ ਦੇ ਵਿੱਚ, ਡਸਟੀ ਡਸਟੀ ਜੇ ਫੁੱਲ ਹੈ, ਫੁੱਲ ਵੱਡੇ ਹੋਣ ਦੇ ਬਾਵਜੂਦ ਵੀ ਬਿਲਕੁਲ ਭੜਕੀਲਾ ਨਹੀਂ, ਲਾਈਟ ਵੇਟ ਸੂਟ ਹੈ, ਠੀਕ ਹੈ। ਲਾਈਨਿੰਗ ਲੱਗ ਕੇ ਬਣੂੰਗਾ, ਤੁਹਾਨੂੰ ਪਤਾ ਹੀ ਹੈ ਜੀ, ਸਿਲਕ ਦਾ ਪਿਓਰ ਸਿਲਕ ਦਾ ਸੂਟ ਹੈ। ਹਾਂ, ਇੱਕ ਭੈਣ ਦਾ ਫੋਨ ਵੀ ਆਇਆ ਸੀਗਾ ਵੀ ਬੈਰੀ ਸਿਲਕ ਜਿਵੇਂ ਗਰਮੀਆਂ 'ਚ ਵੀ ਪੈ ਜੂ, ਇਹ ਦੋਨੋਂ ਸੀਜ਼ਨ 'ਚ ਪੈਣ ਵਾਲੇ ਕੱਪੜੇ ਹੁੰਦੇ ਨੇ, ਜਿਵੇਂ ਮਸਲੀਨ ਵੀ ਦੋਨੋਂ ਸੀਜ਼ਨਾਂ 'ਚ ਪੈਂਦੀ ਹੈ, ਔਰਗੈਂਜ਼ਾ ਦੋਨੋਂ ਸੀਜ਼ਨ 'ਚ ਪੈਂਦਾ ਹੈ, ਉਵੇਂ ਇਹ ਵੀ ਸੂਟ ਉਹ ਨੇ ਜਿਹੜੇ ਦੋਨੋਂ ਸੀਜ਼ਨ 'ਚ ਪੈਂਦੇ ਆ, ਤੁਸੀਂ ਗਰਮੀ ਸਰਦੀ ਹਰ ਮੌਸਮ 'ਚ ਪਾ ਸਕਦੇ। ਬਹੁਤ ਸੌਫਟ ਫੈਬਰਿਕ ਹੁੰਦਾ ਹੈ, ਬਹੁਤ ਸੌਫਟ, ਠੀਕ ਹੈ, ਪਾਣੀ ਵਰਗਾ, ਅਤੇ ਕਿਸੇ ਵੀ ਮੌਸਮ 'ਚ ਪਾ ਲਓ ਤੁਸੀਂ, ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਸੂਟ। ਇਹਦੇ ਨਾਲ ਤੁਹਾਨੂੰ ਇਹ ਦਿੰਦੇ ਹਾਂ ਆਪਾਂ ਦੁਪੱਟਾ। ਰਨਿੰਗ ਦੇ ਵਿੱਚ 5 ਮੀਟਰ ਸੂਟ ਹੋਊਗਾ ਅਤੇ ਨਾਲ ਖੁੱਲ੍ਹਾ ਡੁੱਲਾ ਇਹ ਦੁਪੱਟਾ ਹੋਊਗਾ, ਠੀਕ ਹੈ। ਲਓ ਜੀ, ਬਹੁਤ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਨਾਲ ਪੈਰੀ ਸਿਲਕ ਦੇ ਸੂਟ ਦੇ ਨਾਲ, ਠੀਕ ਹੈ। ਅਤੇ ਇਹ ਤਾਂ ਇਹ ਵੀ ਮਤਲਬ ਸਿਲਕ ਦਾ ਹੀ ਦੁਪੱਟਾ ਹੈ ਨਾ, ਜਿਵੇਂ ਮਸਲੀਨ ਸਿਲਕ ਹੋਵੇ, ਮਸਲੀਨ ਟਾਈਪ ਹੁੰਦਾ ਇਹ ਵਾਲਾ ਫੈਬਰਿਕ ਦੁਪੱਟੇ ਦਾ, ਜਿਹੜਾ ਪਰ ਇਹ ਸਿਲਕੀ ਹੈ, ਬੜਾ ਸੋਹਣਾ ਹੈ ਨਾ, ਇਹ ਵੀ ਨਹੀਂ ਹੈਗਾ ਕਿ ਉਤਰੂਗਾ, ਪਰ ਫੀਲ ਬਹੁਤ ਅੱਛੀ ਹੈ ਇਹਦੀ, ਬਹੁਤ ਸੋਹਣਾ ਦੁਪੱਟਾ ਨਾਲ 2.5 ਮੀਟਰ ਦਾ ਖੁੱਲ੍ਹਾ ਡੁੱਲਾ ਸੂਟ, 5 ਮੀਟਰ ਦਾ। ਪ੍ਰਾਈਸ ਰੇਂਜ ਰਹੂਗੀ ਸਿਰਫ 1995 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚਣੇ, ਠੀਕ ਹੈ ਜੀ। ਕਲਰ ਤੁਸੀਂ ਨੋਟ ਕਰ ਲਿਓ, ਠੀਕ ਆ ਗਿਆ ਕਲਰ, ਹਾਂ ਪਿੰਕ, ਅਨੀਅਨ ਪਿੰਕ ਜਿਹਾ ਕਲਰ ਹੈ, ਅਤੇ ਉਹਦੇ ਉੱਤੇ ਬਹੁਤ ਹੀ ਪਿਆਰਾ ਜਿਹਾ ਸੋਬਰ ਸੋਬਰ ਜਿਹਾ ਪ੍ਰਿੰਟ ਹੈ, ਅਤੇ ਫੈਬਰਿਕ ਦੀ ਚਿੰਤਾ ਤੁਸੀਂ ਬਿਲਕੁਲ ਨਹੀਂ ਕਰਨੀ, ਬਹੁਤ ਪਿਆਰਾ ਫੈਬਰਿਕ ਹੈ, 5 ਮੀਟਰ ਰਨਿੰਗ ਦੇ ਵਿੱਚ ਸੂਟ ਹੈ, ਠੀਕ ਹੈ, ਪਿਓਰ ਬੈਰੀ ਸਿਲਕ ਹੋਊਗੀ। ਅਤੇ ਲਾਈਨਿੰਗ ਤੁਹਾਨੂੰ ਪਤਾ ਹੀ ਹੈ ਲੱਗ ਕੇ ਬਣੂੰਗਾ ਲਾਈਨਿੰਗ ਨਾਲ, ਅਤੇ ਦੋਨੋਂ ਸੀਜ਼ਨ 'ਚ ਪੈਣ ਵਾਲਾ ਸੂਟ ਹੈ, ਠੀਕ ਹੈ। ਅਤੇ ਨਾਲ ਮੈਂ ਤੁਹਾਨੂੰ ਇਹਦਾ ਦੁਪੱਟਾ ਖੋਲ੍ਹ ਕੇ ਦਿਖਾਉਂਦੀ ਹੈ, ਫੈਬਰਿਕ ਬਹੁਤ ਸੋਹਣਾ, ਜਿਹੜੀਆਂ ਭੈਣਾਂ ਕੋਲ ਗਏ ਆ ਉਹਨਾਂ ਦੀ ਸ਼ਿਓਰਟੀ 'ਤੇ ਹੀ ਮੈਂ ਤੁਹਾਨੂੰ ਡਬਲ ਸ਼ਿਓਰ ਹੋ ਕੇ ਕਹਿ ਰਹੀ ਹਾਂ ਕਿ ਬਹੁਤ ਸੋਹਣਾ ਫੈਬਰਿਕ ਹੈ, ਜਿਹਨਾਂ ਕੋਲ ਪਹਿਲਾਂ ਗਏ ਸੀ, ਅਤੇ ਮੈਨੂੰ ਲੱਗਦਾ ਨਵੇਂ ਬੰਦਿਆਂ ਨੂੰ ਅੱਜ ਫੇਰ ਵਾਰੀ ਨਹੀਂ ਦੇਣੀ, ਜਿਹਨਾਂ ਦੇ ਪਾਉਣ ਆਈ ਜਾਂਦੇ ਉਡੀਕ ਰਹੀ ਹੈ ਕਿ ਕਦੋਂ ਬੈਰੀ ਸਿਲਕ ਦੇ ਸੂਟ ਪਾਉਣੇ ਆ। ਲਓ ਜੀ, ਪ੍ਰਿੰਟਿੰਗ ਦੇਖੋ ਦੁਪੱਟੇ ਦੀ, ਬਹੁਤ ਪਿਆਰੀ ਪ੍ਰਿੰਟਿੰਗ ਆ, ਦੇਖੋ ਬਹੁਤ ਸੋਹਣਾ ਲੱਗ ਰਿਹਾ, ਆਹ ਜਿਹੜੀ ਚੀਜ਼ ਦਿੱਤੀ ਹੈ ਨਾ ਨਾਲ ਵੱਡੇ ਫਲਾਰ ਦੇ ਨਾਲ, ਆਹ ਅਤੇ ਪਿੰਕ ਕਲਰ ਦੇ ਵਿੱਚ ਜਿਹੜਾ ਡਸਟੀ ਡਸਟੀ ਜਿਹੇ ਕਲਰ ਯੂਜ ਕਰਕੇ ਇਹਨੂੰ ਰੈਡੀ ਕੀਤਾ ਹੈ, ਬਹੁਤ ਬੋਲਡ ਜਿਹੇ ਪ੍ਰਿੰਟ ਦੇ ਨਾਲ, ਬਿਲਕੁਲ ਵੀ ਭੜਕੀਲਾ ਨਹੀਂ, ਬਹੁਤ ਸੋਹਣਾ ਲੱਗ ਰਿਹਾ, ਬਹੁਤ ਪਿਆਰਾ ਫੈਬਰਿਕ ਤੁਹਾਨੂੰ ਦੁਪੱਟੇ ਦਾ ਮਿਲਣਾ ਹੈ, ਅਤੇ ਬਹੁਤ ਪਿਆਰਾ ਫੈਬਰਿਕ ਤੁਹਾਨੂੰ ਸੂਟ ਦਾ ਮਿਲਣਾ ਹੈ, ਕਿਸੇ ਵੀ ਏਜ ਗਰੁੱਪ ਨੂੰ ਸੂਟ ਕਰ ਸਕਦਾ ਇਹ ਕਲਰ, ਇਸ ਤਰ੍ਹਾਂ ਦੇ ਕਲਰ 'ਤੇ ਇਹ ਚੀਜ਼ਾਂ ਲੱਗੀਆਂ ਹੁੰਦੀਆਂ ਨੇ। ਅੱਛੀਆਂ ਫਰਮਾਂ ਦਾ ਮੈਂ ਤੁਹਾਨੂੰ ਦੱਸਦੀ, ਇੱਕ ਇਹੀ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਦੀਆਂ ਪ੍ਰਿੰਟਿੰਗ ਅਤੇ ਉਹਨਾਂ ਦੇ ਕਲਰ ਇਸ ਤਰ੍ਹਾਂ ਬੈਲੈਂਸ ਕੀਤੇ ਹੁੰਦੇ ਆ ਕਿ ਕੋਈ ਵੀ ਬੰਦਾ ਉਹਨੂੰ ਵੀਅਰ ਕਰ ਲਏ, ਕਿਉਂਕਿ ਵੱਡੀਆਂ ਫਰਮਾਂ ਜ਼ਿਆਦਾ ਮੈਂਬਰ ਜਿਹੜੇ ਕਵਰ ਕਰਨਾ ਚਾਹੁੰਦੀਆਂ ਹੁੰਦੀਆਂ, ਅਤੇ ਇਸ ਤਰੀਕੇ ਨਾਲ ਬੈਲੈਂਸ ਕਰਦੀਆਂ। ਹੁਣ ਇਹ ਹੈ, ਚਾਹੇ ਤੂੰ ਕੋਈ ਯੰਗ ਪਾ ਲਵੇ, ਚਾਹੇ ਕੋਈ ਏਜ ਕੋਨਸ਼ੀਅਸ ਬੰਦਾ ਪਾ ਲਵੇ, ਠੀਕ ਹੈ, ਇੰਨਾ ਪਿਆਰਾ ਸੂਟ ਹੈ ਇਹ। ਲਓ ਜੀ, ਅਗਲਾ ਦੇਖਦੇ ਹਾਂ, ਇਹਦੇ ਵਿੱਚ ਵੀਡੀਓ ਦੇ ਐਂਡ 'ਚ ਸ਼ੋਪ ਦੇ ਬਾਰੇ 'ਚ ਇੰਪੋਰਟੈਂਟ ਜਾਣਕਾਰੀ ਹੁੰਦੀ ਹੈ, ਉਹ ਪਲੀਜ਼ ਤੁਸੀਂ ਜ਼ਰੂਰ ਦੇਖ ਲਿਆ ਕਰੋ। ਲਓ ਜੀ, ਅਗਲਾ ਕਲਰ ਦੇਖੋ, ਬਹੁਤ ਪਿਆਰਾ ਕਲਰ ਹੈ, ਅਤੇ ਬਹੁਤ ਪਿਆਰਾ ਘੁਲਮਾਂ ਘੁਲਮਾਂ ਪ੍ਰਿੰਟ। ਲਓ ਜੀ, ਹੁਣ ਇਹ ਤਾਂ ਕੋਈ ਵੀ ਬੰਦਾ ਪਾ ਲਏ, ਬਿਲਕੁਲ ਵੀ ਕਲਰ ਕੌਨਸ਼ੀਅਸ ਹੋਣ ਦੀ ਵੀ ਲੋੜ ਨਹੀਂ, ਹਲਕਾ ਜਿਹਾ ਮਸਟਰਡ ਕਲਰ ਹੈ, ਅਤੇ ਉਹਦੇ ਵਿੱਚ ਘੁਲਮਾਂ ਘੁਲਮਾਂ ਪ੍ਰਿੰਟ, ਬਹੁਤ ਪਿਆਰਾ ਲੱਗ ਰਿਹਾ, 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ, ਅਤੇ ਦੁਪੱਟਾ ਮੈਂ ਤੁਹਾਨੂੰ ਇਹਦਾ ਵੀ ਖੋਲ੍ਹ ਕੇ ਦਿਖਾ ਦਿੰਦੀ ਹੈ, ਠੀਕ ਹੈ। ਅਤੇ ਲਓ ਜੀ, ਦੇਖੋ
ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਤਾਂ ਮੈਨੂੰ ਲੱਗਦਾ ਸ਼ਾਇਦ ਆਪਾਂ ਰਿਪੀਟ ਤੇ ਵੀ ਲੈ ਕੇ ਆਉਂਦਾ ਹੋਇਆ ਹੈ ਨਾ ਹਾਂ ਇਹ ਤਾਂ ਸਾਨੂੰ ਰਿਪੀਟ ਤੇ ਹੀ ਆਉਣਾ ਪਿਆ ਲਓ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਠੀਕ ਹੈ ਕਲਾਸੀਕਲ ਜੀ ਤੇ ਬਹੁਤ ਗੁੱਡ ਲੁਕਿੰਗ ਪੜ੍ਹਿਆ ਲਿਖਿਆ ਸੂਟ ਪ੍ਰਾਈਸ ਰੇਂਜ ਸਿਰਫ 1995 1995 ਠੀਕ ਹੈ ਆਪਾਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ 'ਚ ਦਿਖਾਇਆ ਸੀ ਇਹ ਵਾਲਾ ਸਾਨੂੰ ਰਿਪੀਟ ਤੇ ਲਿਆਉਣਾ ਪਿਆ ਕਿਉਂਕਿ ਜਿਹੜੇ ਸਾਡੇ ਪਹਿਲਾਂ ਵੀਡੀਓ ਦੇ ਵਿੱਚ ਕੁਛ ਐਸੇ ਸੀਗੇ ਡਿਮਾਂਡ ਤਾਂ ਉਹਨਾਂ ਦੀ ਸਾਰਿਆਂ ਦੀ ਸੀ ਪਰ ਕੁਛ ਹੀ ਮਿਲੇ ਹੈ ਸਾਰੇ ਮਿਲਦੇ ਨਹੀਂ ਅਤੇ ਜਿਹੜੇ ਮਿਲੇ ਉਹਨੇ ਕੁ ਅਸੀਂ ਜ਼ਰੂਰ ਪਿੱਕ ਕਰ ਲਈ ਦੀ ਹੈ ਜਿਹਨੂੰ ਜਿਹਨੂੰ ਰਿਕੁਆਇਰਮੈਂਟ ਸੀਗੀ ਆਪਣੀ ਹੁਣ ਨੋਟ ਕਰ ਲਿਓ ਲਓ ਜੀ ਬੈਰੀ ਸਿਲਕ ਪਿਓਰ ਬੈਰੀ ਸਿਲਕ ਹੋਊਗੀ ਠੀਕ ਹੈ ਅਸੀਂ ਮਾਰਕਾਂ ਨਹੀਂ ਦਿੰਦੇ ਕੰਪਨੀ ਸਟੈਂਪ ਦੇ ਵਿੱਚ ਲਿਖ ਕੇ ਦਿੰਦੀ ਹੈ ਵੀ ਪਿਓਰ ਬੈਰੀ ਸਿਲਕ ਹੈ ਇਹ ਠੀਕ ਹੈ ਅਤੇ ਬਹੁਤ ਪਿਆਰਾ ਮੈਰੂਨਿਸ਼ ਕਲਰ ਹੈ ਅਤੇ ਉਹਦੇ ਵਿੱਚ ਬਸ ਪਤਾ ਹੀ ਨਹੀਂ ਲੱਗਦਾ ਵੀ ਪ੍ਰਿੰਟ ਕਿਹੜਾ ਘਾਹ ਮਾਤਾ ਜੀ ਪ੍ਰਿੰਟ ਬਹੁਤ ਸੋਹਣਾ ਅਤੇ ਨਾਲ ਤੁਹਾਨੂੰ ਦੁਪੱਟਾ ਦਿੰਦੀ ਹਾਂ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਅਤੇ ਨਾਲ ਦੁਪੱਟਾ ਦਿਖਾਉਣੀ ਤੁਹਾਨੂੰ ਖੋਲ੍ਹ ਕੇ ਮੈਂ ਆਹ ਤੁਹਾਨੂੰ ਮਿਲਣਾ ਇਹਦਾ ਖੂਬਸੂਰਤ ਦੁਪੱਟਾ ਠੀਕ ਹੈ ਬਹੁਤ ਸੋਹਣਾ ਸੂਟ ਰੈਡੀ ਹੋਣਾ ਤੁਹਾਡਾ ਸਿਰਫ 1995 'ਚ ਠੀਕ ਹੈ 1995 ਦੇ ਵਿੱਚ ਇਹ ਸੂਟ ਤੁਹਾਡਾ ਘਰ ਪਹੁੰਚ ਜਾਣਾ ਇੰਡੀਆ ਦੇ ਵਿੱਚ ਸਾਡੀ ਕੋਈ ਐਕਸਟਰਾ ਸ਼ਿਪਿੰਗ ਚਾਰਜਸ ਨਹੀਂ ਹੁੰਦੇ ਠੀਕ ਹੈ ਜੀ ਅਗਲਾ ਦੇਖਦੇ ਹਾਂ ਆਪਾਂ ਇਹ ਵੀ ਬੈਰੀ ਸਿਲਕ ਦਾ ਅੱਜ ਤੁਹਾਨੂੰ ਮਿਕਸ ਦੇਣੀ ਹੈ ਵਰਾਇਟੀ ਥੋੜ੍ਹੀ ਹੋਰ ਵੀ ਦੇਣੀ ਹੈ ਇਸ ਕਰਕੇ ਮੈਂ ਹਰੇਕ ਸੂਟ ਦੇ ਨਾਲ ਬੋਲ ਹੀ ਦਊਂਗੀ ਇਹ ਵੀ ਬੈਰੀ ਸਿਲਕ ਦਾ ਹੀ ਸੂਟ ਹੈ ਪਿਓਰ 100% ਪਿਓਰ ਬੈਰੀ ਸਿਲਕ ਅਤੇ ਦੇਖੋ ਤੁਸੀਂ ਪ੍ਰਿੰਟਿੰਗ ਅਤੇ ਕਲਰ ਡਿਫਾਈਨ ਹੀ ਨਹੀਂ ਕਰ ਪਾਉਂਦਾ ਬੰਦਾ ਵੀ ਕਿਹੜਾ ਕਲਰ ਹੈ ਇਹ ਲਓ ਜੀ ਜਿਹਨੂੰ ਮਰਜ਼ੀ ਪਹਿਨਾ ਦਿਓ ਹਰ ਇੱਕ ਬੰਦੇ ਨੂੰ ਜਚੂਗਾ ਜਿਹੜੀ ਮਰਜ਼ੀ ਏਜ ਗਰੁੱਪ ਹੋਵੇ ਠੀਕ ਹੈ ਸੱਸ ਨੂੰ ਪਹਿਨਾਇਓ ਚਾਹੇ ਦਾਦੀ ਸੱਸ ਨੂੰ ਹਰ ਇੱਕ ਬੰਦੇ ਨੂੰ ਸੂਟ ਕਰੂਗਾ ਇੰਨਾ ਸੋਹਣੀ ਫੁੱਲਾਂ ਦੇ ਨਾਲ ਮਤਲਬ ਓਵਰਲੋਡਡ ਵੀ ਇਹਦੇ ਫੁੱਲ ਦਿਖਦੇ ਵੀ ਨਹੀਂ ਗਏ ਇਸ ਤਰੀਕੇ ਨਾਲ ਬਣਿਆ ਹੋਇਆ ਬਹੁਤ ਸੋਹਣਾ ਸੂਟ ਰੈਡੀ ਹੋਣਾ ਇਹਦੇ ਨਾਲ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਖੋਲ੍ਹ ਕੇ ਲਓ ਜੀ ਬਿਊਟੀਫੁੱਲ ਬਹੁਤ ਸੋਹਣਾ ਦੁਪੱਟਾ ਹੈ ਦੁਪੱਟਾ ਵੀ ਇਸ ਤਰੀਕੇ ਦਾ ਹੈ ਕਿ ਕਿਸੇ ਵੀ ਏਜ ਗਰੁੱਪ ਦੇ ਉੱਤੇ ਲਿਆ ਹੋਇਆ ਠੀਕ ਲੱਗੂਗਾ ਕਿਉਂਕਿ ਇਹ ਫੁੱਲ ਫਲ ਨਹੀਂ ਹੈਗੇ ਦੁਪੱਟੇ ਦੇ ਵਿੱਚ ਠੀਕ ਹੈ ਘੁਲਮਾ ਘੁਲਮਾ ਜਿਹਾ ਪ੍ਰਿੰਟ ਦੁਪੱਟੇ ਦੇ ਵਿੱਚ ਹੈ ਬਹੁਤ ਖੂਬਸੂਰਤ ਸੂਟ ਤੁਹਾਡਾ ਜਿਹੜਾ ਹੈ ਉਹ ਮਿਲਣਾ ਤੁਹਾਨੂੰ ਸਿਰਫ 1995 'ਚ ਪਿਓਰ ਬੈਰੀ ਸਿਲਕ ਠੀਕ ਹੈ ਨੈਕਸਟ ਦਿਖਾਉਣੀ ਤੁਹਾਨੂੰ ਇਸ ਦੇ ਵਿੱਚ ਹੀ ਇਹ ਵੀ ਬੜੀ ਮੁਸ਼ਕਲ ਲੱਭ ਕੇ ਲਿਆਉਂਦਾ ਹੈ ਪਿਛਲੀ ਵਾਰੀ ਮੈਨੂੰ ਲੱਗਦਾ ਕੋਈ ਇਹ 15 ਜਣਿਆਂ ਨੂੰ ਚਾਹੀਦਾ ਸੀ ਇਹੀ ਅਤੇ ਇਸ ਵਾਰੀ ਵੀ ਮੈਨੂੰ 2 ਪੀਸ ਮਿਲੇ ਆਪਾਂ ਨੂੰ ਇੱਕ ਇੱਕੋ ਹੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਠੀਕ ਹੈ ਕਲਰ ਵੀ ਕਿੰਨੇ ਸਾਰੇ ਲੱਗੇ ਹੋਏ ਨੇ ਅਤੇ ਦਿਖਦੇ ਵੀ ਨਹੀਂ ਗਏ ਕਲਰ ਪਤਾ ਨਹੀਂ ਕਿੱਥੇ ਕਿਵੇਂ ਬੈਲੈਂਸ ਕਰਦੀ ਹੈ ਕੰਪਨੀ ਮਤਲਬ ਬਹੁਤ ਪਿਆਰੀ ਜੀ ਪ੍ਰਿੰਟਿੰਗ ਅਤੇ ਫੈਬਰਿਕ ਬਹੁਤ ਸੋਹਣੇ ਕੋਲ ਐਨ ਮਖਮਲ ਵਰਗਾ ਹੈ ਹੀ ਸਿਲਕ ਹੈ ਬੈਰੀ ਸਿਲਕ ਹੈ ਤਾਂ ਮਖਮਲ ਤਾਂ ਹੋਊਗਾ ਹੀ ਹੋਊਗਾ ਬਹੁਤ ਪਿਆਰਾ ਸੂਟ ਹੈ ਅਤੇ ਕਲਰ ਵੀ ਬਹੁਤ ਸੋਹਣਾ ਠੀਕ ਹੈ 5 ਮੀਟਰ ਰਨਿੰਗ ਦੇ ਵਿੱਚ ਹੋਊਗਾ ਅਤੇ ਨਾਲ ਖੂਬਸੂਰਤ ਦੁਪੱਟਾ ਇਹਨੂੰ ਤੁਸੀਂ ਛੋਟੀ ਛੋਟੀ ਲਾ ਲਿਓ ਲੇਸ ਅਤੇ ਸੂਟ ਦੀ ਨਿਕਲ ਜਾਣੀ ਹੈ ਟੋਰ ਲਓ ਜੀ ਇਹ ਥੋੜ੍ਹਾ ਦਿਲ ਕਰੇਦਾ ਇੱਧਰੋਂ ਤੁਹਾਨੂੰ ਪੀਕੋ ਹੋਈ ਵੀ ਮਿਲੂਗੀ ਠੀਕ ਹੈ ਆਹ ਲਓ ਜੀ ਘੁੜਮਾ ਘੁੜਮਾ ਜਿਹਾ ਪ੍ਰਿੰਟ ਦੁਪੱਟੇ ਦੇ ਉੱਤੇ ਕੋਈ ਵੀ ਸੂਟ ਕਿਸੇ ਵੀ ਪਾਸੇ ਭੜਕੀਲਾ ਨਹੀਂ ਹੈ ਬਹੁਤ ਬੈਲੈਂਸਡ ਪ੍ਰਿੰਟਿੰਗ ਸੂਟਾਂ ਦੀ ਕੀਤੀ ਹੋਈ ਹੈ ਕੰਪਨੀ ਨੇ ਪ੍ਰਾਈਸ ਰੇਂਜ ਹੈ 1995 ਨੈਕਸਟ ਦੇਖਦੇ ਹਾਂ ਦੁਪੱਟਾ ਇਹਦਾ 240 ਹੈ ਹਾਂਜੀ ਕੰਪਨੀ 240 ਲਿਖ ਕੇ ਦਿੰਦੀ ਹੈ ਦੁਪੱਟਾ ਕਿਉਂਕਿ ਉਹ ਹੁੰਦੀ ਹੈ ਨਾ ਥੋੜ੍ਹਾ ਜਿਹਾ ਉਹ ਪੀਕੋ ਵਗੈਰਾ 'ਚ ਲਓ ਜੀ ਅਗਲਾ ਦੇਖੋ ਰਸਟੀ ਜਿਹਾ ਕਲਰ ਉੱਭਰ ਰਿਹਾ ਹੈ ਨਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਪ੍ਰਿੰਟਿੰਗ ਫੁੱਲਾਂ ਤੋਂ ਬਿਨਾਂ ਅਤੇ ਪਤਾ ਨਹੀਂ ਕਿ ਇਹ ਕਿਸ ਤਰ੍ਹਾਂ ਦੀ ਜਿਵੇਂ ਬ੍ਰੱਸ਼ ਜਿਹੀ ਮਾਰ ਕੇ ਪੱਤੇ ਜਿਹੇ ਬਣਾਈ ਹੋਣ ਉਵੇਂ ਦੀ ਪ੍ਰਿੰਟਿੰਗ ਹੈ ਫੈਬਰਿਕ ਬਹੁਤ ਪਿਆਰਾ ਅਤੇ ਰਸਟੀ ਜਿਹਾ ਕਲਰ ਹੈ ਇਹਦਾ ਅਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਦਿਖਾਉਣੇ ਆਹ ਤੁਹਾਨੂੰ ਮਿਲਣਾ ਹੈ ਖੂਬਸੂਰਤ ਦੁਪੱਟਾ ਠੀਕ ਹੈ ਬਹੁਤ ਪਿਆਰਾ ਫੈਬਰਿਕ ਦੁਪੱਟੇ ਦਾ ਅਤੇ ਬਹੁਤ ਹੀ ਪਿਆਰਾ ਸੂਟ ਦਾ ਠੀਕ ਹੈ ਜੇ ਤੁਸੀਂ ਪਹਿਲੀ ਵਾਰੀ ਸਾਡਾ ਚੈਨਲ ਦੇਖ ਰਹੇ ਹੋ ਅਤੇ ਥੋੜ੍ਹਾ ਥੋੜ੍ਹਾ ਸੋਚ ਰਹੇ ਹੋ ਅਤੇ 2 ਹੀ ਮਿੰਟ ਲਾਇਓ ਕਿਉਂਕਿ ਸਾਡੇ ਪੁਰਾਣੇ ਬੰਦਿਆਂ ਨੇ ਮਿੰਟ 2 ਹੀ ਲਾਉਣੇ
अगली वरायटी ये है जी कॉटन सिल्क। ठीक है, कॉटन सिल्क का सूट है, बहुत प्यारा फैब्रिक है भी, ते लाइनिंग तो लगूगी ना लवाओगे तो होंगे कुछ नहीं, बट रिकमेंड नहीं असं करते कि बिना तो लाइनिंग तो बनाओ। ठीक है, बहुत प्यारा गेटअप आना सी ग्रीन कम फिरोजी विच चला जाए, है ना। हाँ, तो ओदे विच डस्टी डस्टी जी फुल डिजिटल प्रिंटिंग हुई भी मिलेगी थोनू, 5 मीटर रनिंग दे विच सूट होगा, ते नाल थोनू दवांगे इहदे इह खूबसूरत दुपट्टा, खोल के दिखाउणी थोनू मैं। इह सूट साडे कोल दो ही पीस है, हां जी दो पीस ने, ਇਹ ਵੀ ਸਾਡੀ ਕਿਸੇ ਭੈਣ ਦੇ ਮਤਲਬ ਬੁਕਿੰਗ ਹੋਈ ਵੀ ਸੀ ਤੇ ਫਿਰ ਉਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਮਿਸਐਪ ਨਹੀਂ ਹੋ ਗਈ ਤਾਂ ਫਿਰ ਉਹਨਾਂ ਨੂੰ ਇਹ ਦੋ ਸੂਟ ਸੀ ਜਿਹੜੇ ਉਹ ਕੈਂਸਲ ਕਰਨੇ ਪਏ ਤਾਂ ਤੁਹਾਨੂੰ ਇਹ ਮਿਲ ਗਏ, ਅਦਰਵਾਈਜ਼ ਇਹਨਾਂ ਦੀ ਰੀਸਟਾਕਿੰਗ ਸਾਡੇ ਕੋਲੋਂ ਮਿਲ ਗਈ ਸਾਨੂੰ ਦੁਬਾਰਾ। ਠੀਕ ਹੈ, ਆ ਲਓ ਜੀ, ਬਹੁਤ ਪਿਆਰੀ ਆਹ ਜਿਹੜਾ ਫਲਾਰ ਬਣਿਆ ਹੋਇਆ ਨਾ ਡਿਜੀਟਲ ਵਿੱਚ ਬਹੁਤ ਸੋਹਣਾ ਲੱਗਦਾ ਦਿਖ ਦੇ ਰਿਹਾ ਜਿਹੜਾ ਦੁਪੱਟੇ ਦੇ ਵਿੱਚ ਬਣਿਆ ਹੋਇਆ। ਠੀਕ ਹੈ, ਖੂਬਸੂਰਤ ਦੁਪੱਟਾ, ਬਹੁਤ ਪਿਆਰੀ ਫੈਬਰਿਕ ਦੇ ਵਿੱਚ ਦੁਪੱਟਾ, ਮਸਲੀਨ ਟਾਈਪ ਫੈਬਰਿਕ ਹੈ। ਠੀਕ ਹੈ, ਕਾਟਨ ਸਿਲਕ ਦਾ ਹੀ ਦੁਪੱਟਾ ਹੈ ਅਤੇ ਕਾਟਨ ਸਿਲਕ ਦਾ ਹੀ ਸੂਟ ਹੈ। ਪ੍ਰਾਈਸ ਰੇਂਜ ਰਹੂਗੀ 2000 ਰੁਪਈਆ 2000। ਠੀਕ ਹੈ, ਲਓ ਐਕਸਟਰਾ ਸ਼ਿਪਿੰਗ ਚਾਰਜਿਸ ਇੰਡੀਆ ਦੇ ਵਿੱਚ ਸਾਡੇ ਕੋਈ ਨਹੀਂ ਹੁੰਦੇ। ਲਓ ਜੀ, ਅਗਲਾ ਦੇਖਦੇ ਹਾਂ, ਇਹ ਵੀ ਰਨਿੰਗ 'ਚ ਹੀ ਹੈ ਨਾ। ਹਾਂਜੀ, ਲੱਡੂ ਰੰਗਾ ਜਿਹਾ ਕਲਰ ਹੈ ਨਾ। ਹਾਂਜੀ ਐਗਜੈਕਟਲੀ, ਲੱਡੂ ਰੰਗਾ ਜਿਹਾ ਕਲਰ ਹੈ ਅਤੇ ਉਹਦੇ ਵਿੱਚ ਕਲਰ ਆ ਗਿਆ ਬਸ। ਠੀਕ, ਮੈਨੂੰ ਦੱਸਣ ਦੀ ਲੋੜ ਹੀ ਨਹੀਂ ਗੀ, ਹੈ ਨਾ। ਕਲਰਫੁੱਲ ਜੇ ਛੋਟੇ ਛੋਟੇ ਡਿਜੀਟਲ ਫੁੱਲ ਵੀ ਨੇ ਅਤੇ ਦੂਜੇ ਵੀ ਨੇ, ਬਹੁਤ ਪਿਆਰਾ ਪ੍ਰਿੰਟ ਲੱਗ ਰਿਹਾ, ਕਲਰ ਵਾਈਜ਼ ਬਹੁਤ ਸੋਹਣਾ ਸੂਟ। ਫੈਬਰਿਕ ਦੀ ਬਿਲਕੁਲ ਚਿੰਤਾ ਤੁਸੀਂ ਕਰਨੀ ਹੋਈ ਨਹੀਂ, ਫੈਬਰਿਕ ਬਹੁਤ ਪਿਆਰਾ ਹੈ, ਦੁਪੱਟੇ ਦਾ ਵੀ ਸੂਟ ਦਾ ਵੀ। ਠੀਕ ਹੈ, ਅਤੇ ਆ ਲਓ ਦੇਖੋ ਤੁਸੀਂ ਦੁਪੱਟਾ, ਖੂਬਸੂਰਤ ਦੁਪੱਟਾ, ਖੁੱਲ੍ਹਾ ਡੁੱਲਾ। ਠੀਕ ਹੈ, ਪ੍ਰਾਈਸ ਰੇਂਜ ਸਿਰਫ 2000 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚਣਾ ਹੈ। ਐਕਸਟਰਾ ਸ਼ਿਪਿੰਗ ਚਾਰਜਸ ਤੁਸੀਂ ਇੰਡੀਆ ਦੇ ਵਿੱਚ ਸਾਨੂੰ ਕੋਈ ਨਹੀਂ ਦੇਣੇ। ਠੀਕ ਹੈ, ਹੁਣ ਤੁਹਾਨੂੰ ਦਿਖਾਉਣੀ ਹੈ ਜਿਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਾਰੇ ਜਣੇ ਟੀਸਟਾ ਬ੍ਰੈਂਡ। ਠੀਕ ਹੈ, ਕਈ ਭੈਣਾਂ ਨੇ ਪਿਛਲੀ ਵਾਰੀ ਕਮੈਂਟ ਕੀਤਾ ਤੁਸੀਂ ਰੇਟ ਬਹੁਤ ਚੱਕਦੇ, ਅਸੀਂ ਰੇਟ ਨਹੀਂ ਚੱਕੇਗੇ, ਟੀਸਟਾ ਬ੍ਰੈਂਡ ਦੇ ਰੇਟ ਵੈਸੇ ਹੀ ਜ਼ਿਆਦਾ ਹੁੰਦੇ ਨੇ, ਮਹਿੰਗਾ ਬ੍ਰੈਂਡ ਹੈ। ਠੀਕ ਹੈ ਭੈਣੋ, ਕਿਉਂਕਿ ਅਸੀਂ ਬ੍ਰੈਂਡਡ ਆਈਟਮਾਂ ਵੇਚਦੇ ਹਾਂ ਤਾਂ ਜਿੱਥੇ ਘੱਟ ਵਾਲੇ ਸਾਨੂੰ ਮਿਲਦੇ ਆ ਉਸ ਨੂੰ ਘੱਟ 'ਚ ਵੀ ਦਿੰਦੇ ਹਾਂ, ਹੈ ਨਾ। ਹੁਣ ਤੁਹਾਨੂੰ ਤੁਸੀਂ ਬੈਰੀ ਸਿਲਕ ਦੇਖੋ, ਆਹ ਦੇਖੋ, ਕੱਪੜਾ ਨਹੀਂ ਹੈਗਾ ਕਿ ਮਾੜਾ ਹੈਗਾ, ਹਰ ਕੰਪਨੀ ਦਾ ਆਪਣਾ ਰੇਟ ਹੈ। ਬਹੁਤ ਪਿਆਰੇ ਸੂਟ ਨੇ, ਟੀਸਟਾ ਬ੍ਰੈਂਡ ਦੇ ਸੂਟ 3500-3500 ਵਿਦਾਊਟ ਦੁਪੱਟਾ ਮਿਲ ਰਹੇ ਨੇ, ਅਤੇ ਆਹ ਤੁਸੀਂ ਦੇਖੋ ਸੂਟ, ਤੁਹਾਨੂੰ ਆਪਾਂ ਦੇਣਾ ਹੈ ਟੀਸਟਾ ਬ੍ਰੈਂਡ ਦਾ, ਬੋਂਬੇ ਮਿਲਸ ਦੇ ਸੂਟ ਹੁੰਦੇ ਨੇ ਇਹ, ਬਹੁਤ ਪਿਆਰੀ ਜੀ ਗ੍ਰੇ ਦੇ ਵਿੱਚ ਗ੍ਰੀਨਿਸ਼ ਗ੍ਰੀਨਿਸ਼ ਜਿਹਾ ਪ੍ਰਿੰਟ। ਠੀਕ ਹੈ, ਵੱਡਾ ਪ੍ਰਿੰਟ ਹੋਣ ਦੇ ਬਾਵਜੂਦ ਵੀ ਪਤਾ ਵੀ ਨਹੀਂ ਲੱਗਦਾ ਵੀ ਪ੍ਰਿੰਟ ਕਿੱਥੇ ਗਿਆ। ਅਤੇ ਆਹ ਤੁਹਾਨੂੰ ਮਿਲੂਗੀ ਇਹਦੀ ਬੋਟਮ, ਜਿਹਦੇ 'ਚ ਥੋੜ੍ਹਾ ਥੋੜ੍ਹਾ ਸੈਲਫ ਹੈ। ਠੀਕ ਹੈ, ਅਤੇ ਇਹ ਤੁਹਾਨੂੰ ਮਿਲਣਾ ਦੁਪੱਟਾ, ਤਿੰਨੋਂ ਚੀਜ਼ਾਂ ਦਾ ਕੱਟ 2.5 ਹੀ ਹੋਊਗਾ, ਦੁਪੱਟੇ ਦਾ ਵੀ ਪਿਓਰ ਦਾ ਦੁਪੱਟਾ ਮਿਲੂਗਾ ਨਾਲ, ਦੁਪੱਟਾ ਵੀ 2.5, ਅਸੀਂ ਨਹੀਂ ਕਹਿੰਦੇ ਕੰਪਨੀ ਦੇ ਮਾਰਕ ਹੈ ਇਹ, 2.5 ਦੁਪੱਟਾ, 2.5 ਬੋਟਮ ਅਤੇ 2.5 ਟੋਪ। ਠੀਕ ਹੈ ਜੀ, ਦੁਪੱਟਾ ਤੁਹਾਨੂੰ ਦਿਖਦਾ ਵੀ ਨਹੀਂ ਹੋਣਾ, ਇਹਦੇ 'ਚ ਪ੍ਰਿੰਟਿੰਗ ਪ੍ਰਿੰਟਿੰਗ ਥੋੜ੍ਹਾ ਜਿਹਾ ਲਓ ਜੀ, ਇਹਦੇ ਉੱਤੇ ਕਰਦੀ ਫਿਰ ਦੇਖੋ ਆਹ ਪ੍ਰਿੰਟਿੰਗ ਵਿੱਚ। ਠੀਕ ਹੈ, ਮਿੱਠੀ ਮਿੱਠੀ ਪ੍ਰਿੰਟਿੰਗ, ਸੂਟ ਵਾਲੀ ਪ੍ਰਿੰਟਿੰਗ, ਹਾਂ ਸੂਟ ਵਾਲੀ ਪ੍ਰਿੰਟਿੰਗ ਹੈ ਬਸ, ਡਿਜੀਟਲ ਪ੍ਰਿੰਟਿੰਗ ਦੇ ਵਿੱਚ ਉਹ ਲਾਈਟ ਲਾਈਟ ਦਿਖਦੀ ਹੈ, ਵਿੱਚ ਵੀ ਐਂ ਨਹੀਂ ਹੈਗਾ ਕਿ ਵਿੱਚੋਂ ਪਲੇਨ ਹੈ, ਵਿੱਚ ਵੀ ਹੈਗਾ ਪ੍ਰਿੰਟ, ਦੇਖੋ ਮੈਂ ਦੋਹਰਾ ਕਰਦੀ ਹਾਂ, ਦੇਖੋ ਹੈਗਾ ਵਿੱਚ ਵੀ ਡਿਜੀਟਲ ਪ੍ਰਿੰਟਿੰਗ ਹੈ ਅਤੇ ਬੋਰਡਰ 'ਤੇ ਵੀ ਪ੍ਰਿੰਟ। ਠੀਕ ਹੈ, ਫੁੱਲ ਪਿਓਰ ਦਾ ਦੁਪੱਟਾ, 2.5 ਮੀਟਰ ਦਾ, ਪ੍ਰਾਈਸ ਰੇਂਜ ਰਹੂਗੀ 2800 ਰੁਪਈਆ। ਠੀਕ ਹੈ, 2800। ਠੀਕ, ਨੈਕਸਟ ਤੁਹਾਨੂੰ ਇਹ 'ਚ ਕਲਰ ਦਿਖਾਉਣੀ ਹੈ, ਇਹਦੇ ਵਿੱਚ ਸਾਨੂੰ ਥੋੜ੍ਹੇ ਜਿਹੇ ਕਲਰ ਮਿਲੇ ਨੇ, ਜ਼ਿਆਦਾ ਨਹੀਂ ਹੈਗੇ ਸਾਡੇ ਕੋਲ, 4-5 ਪੀਸ ਤੁਹਾਨੂੰ ਦਿਖਾ ਦਿੰਦੀ ਹਾਂ ਮੈਂ ਜਿਹੜੇ ਸਾਨੂੰ ਮਿਲੇ ਹੈ। ਲਓ ਜੀ, ਬਹੁਤ ਡਿਫਰੈਂਟ ਜਿਹਾ ਕਲਰ ਹੈ, ਇਹ ਸਵਿਸ ਲੋਨ ਕਾਟਨ ਹੁੰਦੀ ਹੈ ਟੀਸਟਾ ਬ੍ਰੈਂਡ ਵਾਲਿਆਂ ਦੀ, ਬਹੁਤ ਪਿਆਰੀ ਲੋਨ ਕਾਟਨ ਹੈ ਇਹ, ਬਹੁਤ ਪਿਆਰਾ ਫੈਬਰਿਕ ਹੁੰਦਾ ਹੈ। ਠੀਕ ਹੈ, ਜਿਹਨਾਂ ਕੋਲ ਗਏ ਹੋਏ ਆ ਉਹਨਾਂ ਦੇ ਵੀ ਸਾਨੂੰ ਫੋਨ 'ਤੇ ਰਿਸਪੋਂਸ ਆਇਆ ਵੀ ਬਹੁਤ ਪਸੰਦ ਆਈ ਉਹਨਾਂ ਨੂੰ। ਠੀਕ ਹੈ, 2.5 ਮੀਟਰ ਬੋਟਮ, 2.5 ਦੁਪੱਟਾ ਅਤੇ 2.5 ਹੀ ਸਲਵਾਰ। ਠੀਕ ਹੈ, ਇਹ ਕਲਰ ਬਹੁਤ ਰੇਅਰ ਮਿਲਦਾ ਹੈ। ਹਾਂ, ਹੁਣ ਕਾਫੀ ਨੇੜੇ ਆ। ਲਓ ਜੀ, ਮੈਂ ਲਾਈਟ ਬੰਦ ਕਰਤੀ ਜਿਹੜੀ ਜਗ ਰਹੀ ਸੀ ਉਹ ਵੀ, ਹੁਣ ਡੇ ਲਾਈਟ ਦੇ ਵਿੱਚ ਦੇਖ ਲਓ। ਠੀਕ ਹੈ, ਕਾਫੀ ਨੇੜੇ ਕਲਰ ਤੁਸੀਂ ਦੇਖ ਰਹੇ ਹੋ। ਠੀਕ ਹੈ, ਇਹ ਬਹੁਤ ਪਿਆਰਾ ਸੂਟ ਹੈ ਇਹ, ਸਕਾਈ ਬਲੂ ਜਿਹਾ ਕਲਰ ਹੈ ਅਤੇ ਉਹਦੇ ਵਿੱਚ ਵਾਈਟ ਦੀ ਪ੍ਰਿੰਟਿੰਗ ਹੈ। ਠੀਕ ਹੈ, ਅਤੇ ਬਹੁਤ ਪਿਆਰਾ, ਤੁਸੀਂ ਬਿਲਕੁਲ ਨਿਸ਼ਚਿੰਤ ਰਹਿਣਾ ਫੈਬਰਿਕ ਲਈ ਕਲਰ ਲਈ, ਬਿਲਕੁਲ ਵੀ ਲਾਵੇ ਰਮੋਡਾ ਦਾ ਸੂਟ ਹੈ ਇਹ। ਠੀਕ ਹੈ, ਬੋਂਬੇ ਮਿਲਸ ਦੀ ਫੈਬਰਿਕ ਹੁੰਦੀ ਹੈ ਇਹ।
देखो इहदी दुपट्टा प्योर दा दुपट्टा फुल प्योर प्योर शिफोन दा दुपट्टा 2.5 मीटर ठीक है। ते ये जड़ी फर्मा दियां प्योर होंदियां ने भी बहुत वधिया होंदियां ने, इहनां दा तां हाफ प्योर ही नहीं मान हुंदा, ये तां प्योर है ठीक है। बहुत प्यारा सुनो जी, ठीक है। ये सूट थोड़ा जड़ा है 2800 का मिलना है, 2800, ठीक है। नेक्स्ट थोन दिखाने ये भी देखो टीस्टा का ये है, ठीक है। बहुत सोहना प्रिंट है, बहुत प्यारा, तो कलर भी बहुत वधिया है। इहदी बॉटम के उत्ते प्रिंटिंग देखो तुसीं, रेयर जिहा कलर है, किसी भी एज ग्रुप नूं सूट करदा, ठीक है। आ देखो तुसीं इहदे विच जिहड़ी सेल्फ प्रिंटिंग हुई भी है, बहुत प्यारी है। ते नाल इहदा दुपट्टा दिखाउंदी थोनू, दुपट्टिआं दे विच इहनां ने की कीता होया जिहड़ी बॉर्डर लाइनस बणाईआं होईआं ना, ओह डार्क रख के उहनां नूं मतलब सूट दे नाल ते बॉटम दे नाल मैच करा के, ते दुपट्टा एक नंबर जस्ट एक नंबर लाइट रख्या होया, ठीक है। शायद ये ज़्यादा एज ग्रुप कवर करना चाहते होंगे या बीच वाला भी थोड़ा डार्क है। बहुत प्यारा आए कलर दुपट्टे का, हाँ जी बहुत सोहनी प्रिंटिंग दे नाल 2.5 मीटर का दुपट्टा। प्राइस रेंज रहेगी 2800 स्किन फ्रेंडली सूट ने ही, मतलब तुसी आउन जान च गुड कुछ पहनना चाहते हो, तो नाल तुसी स्किन कॉन्शियस भी हो कि मैं प्योर कॉटन ही चाहिए है, ठीक है। तो वधिया वाली अच्छी पहनी हुई लगे, ये वो वाली चीज़ा ने, ठीक है। बहुत रिफाइंड कॉटन होंगी है ये, आनू मिलना ये बोल्ड जहा प्रिंट बहुत सोहना, तो सी ग्रीन जहा कलर है, हाँ जी है ना, सी ग्रीन जहा कलर है, तो वो अनियन पिंक जी फुल बहुत प्यारी गेटअप का सूट रेडी होना थोड़ा। ये मिलनी है ये बॉटम जिद थोड़ी थोड़ी सेल्फ है, तो यदा जो दुपट्टा है वह रहेगा कोटा का, प्योर कॉटन, प्योर कोटा होगा, बिल्कुल प्योर कोटा, ठीक है। कॉटन कोटा होगा, बहुत फाइन वाला, ठीक है। तो बहुत प्यारी प्रिंटिंग के नाल, प्राइस रेंज होगी 2800 रुपये, 2800 सूट थोड़े घर तक पहुँचना है। सो ऐसी साड़ी आई थी कलैक्शन, उम्मीद करते हैं भी थोड़ा साड़ी कलैक्शन पसंद आई होगी। स्क्रीन पर नंबर है, उससे स्क्रीनशॉट लैके भेजना है, तो COD तो अलावा होर किसी भी मैथड के नाल पेमेंट कर सकते हो। तो जी शॉप पर आना चाहते हो तो साडा एड्रैस है क्लियर क्लॉथ हाउस, जौड़ियां सड़कां, रेडी लोहर वर्ड, चीके वाला मोड़, पटियाला। तो संडे साडा ऑफ हुंदा, टाइम है साडा 10 to 5, आने तो पहले एक बार फोन जरूर करना है, वो बहुत जरूरी है थोड़े लिए भी साडे लिए, ठीक है जी। तो लाइक शेयर ते कमेंट करते रहा करो, जेडे सानू पर्सनल फोन करके दस दिंदे भैन, जी सानू तुसीं पर्सनल मैसेज पाउंदे प्लीज़ लोग वीडियो पर पा दिया करो, ताकि दूजिआं नूं हैल्प हो जाए, ठीक है जी। तो अपने बजुर्गों का ख्याल रखो, धीआं भैणां दा माण वधाओ, इन्हां भैणां नाल भी जुड़े रहो। बहुत जल्द आपां अगली वीडियो च नवीं वैरायटी नाल मिलांगे।